ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਅੱਜ ਸਵੇਰੇ ਇੱਕ ਸਟੇਟਸ ਲਿਖ ਕੇ ਪਾਇਆ ਸੀ ਕਿ ਮੇਰੇ ਤੇ ਧਾਰਾ 307 ਦੇ ਤਹਿਤ ਇੱਕ ਝੂਠਾ ਕੇਸ ਇਰਾਦਾ ਕਤਲ ਦਾ ਸਥਾਨਕ ਮਜੀਠਾ ਪੁਲਿਸ ਵੱਲੋਂ ਪਾਇਆ ਗਿਆ ਇਸ ਕੇਸ ਦੇ ਪਿਛੋਕੜ ਦੇ ਵਿੱਚ ਗੱਲ ਕਰਨੀ ਬਣਦੀ ਆ ਕਿ ਇਸ ਦੇ ਪਿਛੋਕੜ ਚ ਕੀ ਕਾਰਨ ਨੇ ਕੀ ਹੋਇਆ ਅਸੀਂ ਕਿਉਂ ਚੱਲੇ ਉਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਜ ਸਾਂਝੀਆਂ ਕਰ ਰਿਹਾ ਹੋ ਸਕਦਾ ਇਹ ਵਿਸਥਾਰ ਜਿਹੜਾ ਲੰਮਾ ਵੀ ਹੋ ਸਕੇ ਥੋੜੀ ਇੰਟਰਨੈਟ ਦੀ ਘਾਟ ਹੋ ਸਕਦੀ ਆ ਬਾਕੀ ਮੈਂ ਦੱਸ ਦੇਣਾ ਚਾਹੁੰਦਾ ਕਿ ਜਿਵੇਂ ਪੰਜਾਬ ਦੇ ਵਿੱਚ ਚੰਗੇ ਲੋਕਾਂ ਨੇ ਇੱਕ ਸੱਦਾ ਦਿੱਤਾ ਕਿ ਕਾਲਾ ਹਫਤਾ ਮਨਾਇਆ ਜਾਣਾ ਪਿਛਲੇ ਸਾਲ ਦੀ ਗੱਲ ਆ ਇਹ ਕਾਲਾ ਹਫਤਾ ਪੰਜਾਬ ਦੇ ਵਿੱਚ 1 ਜੁਲਾਈ ਤੋਂ 7 ਜੁਲਾਈ ਕਹਿ ਸਕਦੇ ਆ ਪਹਿਲੇ ਹਫਤੇ ਦੇ ਵਿੱਚ ਮਨਾਇਆ ਗਿਆ ਸੀ। ਉਨ ਹੀ ਦਿਨੀ ਅਸੀਂ ਇਸ ਨੂੰ ਲਗਾਤਾਰ ਰੱਖਿਆ। ਤਕਰੀਬਨ ਕਹਿ ਸਕਦੇ ਆ ਕਿ 10 ਤੋਂ 12 ਦਿਨ ਲਗਾਤਾਰ ਪਿੰਡ ਦੇ ਵਿੱਚ ਅਸੀਂ ਮਾਰਚ ਕੱਢਦੇ ਰਹੇ। ਉਹ ਜਿਹੜੇ ਮਾਰਚ ਸੀ ਉਹ ਇਸ ਕਰਕੇ ਕਰਨੇ ਪਏ ਕਿ ਸਾਡੇ ਪਿੰਡ ਦੇ ਵਿੱਚ ਵੀ ਖੁੱਲੇ ਆਮ ਚਿੱਟਾ ਵਿਖਦਾ ਸੀ। ਸ਼ਰਾਬ ਵਿਕਦੀ ਸੀ। ਨਸ਼ੇ ਦੀਆਂ ਗੋਲੀਆਂ ਵਿਕਦੀਆਂ ਸੀ। ਤੇ ਹੋਰ ਵੀ ਕੋਈ ਵੇਚਦਾ ਹੋਊਗਾ ਤਾਂ ਇਸ ਤੋਂ ਵੱਖਰਾ ਵੀ ਸਾਡੇ ਚੱਲਣ ਦੇ ਕਾਰਨ ਮੇਰੇ ਨਾਲ ਜਿਹੜੇ ਸਾਥੀ ਚੱਲੇ ਸਾਰਿਆਂ ਦਾ ਮੈਂ ਧੰਨਵਾਦ ਦੀਆਂ ਉਹਦੇ ਚੱਲਣ ਨਾਲ ਇਹ ਅਸਰ ਪਿਆ ਕਿ ਪਿੰਡ ਦੇ ਵਿੱਚੋਂ ਚਿੱਟਾ ਵੇਚਣ ਵਾਲਾ ਕਾਬੂ ਕੀਤਾ ਗਿਆ ਨਸ਼ੇ ਦੀਆਂ ਗੋਲੀਆਂ ਵੇਚਣ ਵਾਲਾ ਉਹ ਕਾਬੂ ਕੀਤਾ ਗਿਆ ਇੱਕ ਦੋ ਸ਼ਰਾਬ ਵੇਚਰਿਆਂ ਤੇ ਮੁਕਦਮੇ ਪਏ ਤੇ ਸ਼ਰਾਬ ਦਾ ਤਾਂ ਇਹ ਹਾਲ ਸੀ ਕਿ ਗੁਰਦਰਾ ਸਾਹਿਬ ਦੀ ਲੁੱਕਰ ਦੇ ਉੱਤੇ 25 ਤੋਂ 30 ਸਾਲ ਜਿੱਲੀ ਕੁ ਮੇਰੀ ਹੋਸ਼ ਆ ਉਦੋਂ ਤੋਂ ਸ਼ਰਾਬ ਵੇਚ ਰਹੀ ਸੀ ਕੋਈ ਰੋਕਣ ਵਾਲਾ ਨਹੀਂ ਸੀ ਅਸੀਂ ਚੱਲੇ ਆ ਨੌਜਵਾਨਾਂ ਸਾਥ ਦਿੱਤਾ ਤੇ ਇਹ ਕੰਮ ਚੱਲਦਾ ਰਿਹਾ ਅਲੱਗ ਪਿੰਡ ਦਾ ਜਿਹੜਾ ਸੁਧਾਰ ਹੋਇਆ ਨਾਲ ਦੇ ਨਾਲ ਜਦੋਂ ਇਲਾਕਾ ਹੀ ਤੌਰ ਤੇ ਤੁਰਨ ਲੱਗ ਪਿਆ ਤੇ ਥਾਣਾ ਮਜੀਠਾ ਤੇ ਥਾਣਾ ਕਥੂ ਨੰਗਲ ਦੇ ਵਿੱਚ ਅਸੀਂ 2 ਦਰਜਨ ਤੋਂ ਵਧੇਰੇ ਮੁਕਦਮੇ ਜਿਹੜੇ ਆ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਹ ਦਿੱਤੇ ਸੋ ਹਾਲ ਹੀ ਦੇ ਵਿੱਚ ਜਦੋਂ ਇਸ ਤਰ੍ਹਾਂ ਅਸੀਂ ਚੱਲਦੇ ਰਹੇ ਤਾਂ ਇੱਕ بڑا ਵਿਰੋਧ ਸਾਡੇ ਦੇ ਵਿੱਚ ਇੱਕ ਨੈਕਸਸ ਬਣ ਗਿਆ ਉਹ ਨੈਕਸਸ ਹੈ ਆ ਨਸ਼ਾ ਵੇਚਣ ਵਾਲਿਆਂ ਦਾ ਨਸ਼ਾ ਵਕਾਉਣ ਵਾਲਿਆਂ ਦਾ ਤੇ ਨਸ਼ਾ ਕਰਨ ਵਾਲਿਆਂ ਦਾ ਤੇ ਉਹ ਜਿਹੜੇ ਬਿਨਾਂ ਕਾਰਨ ਕਈ ਵਾਰ ਵਿਰੋਧੀ ਹਮੇ ਦੇ ਕਾਰਨ ਬਣ ਜਾਂਦੇ ਆ ਕਈਆਂ ਦੇ ਉਹ ਸਾਰੇ ਇਕੱਠੇ ਹੋ ਕੇ ਤੇ ਸਾਡਾ ਇਹ ਕੰਮ ਰੁਕਣਾ ਚਾਹੁੰਦੇ ਆ ਸੰਜਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਯਾਦ ਵਿੱਚ ਤੇ ਹੋਰ ਸ਼ਹੀਦਾਂ ਦੀ ਯਾਦ ਵਿੱਚ ਅਸੀਂ 5 ਤਰੀਕ ਨੂੰ ਆ ਜਿਹੜੀ 5 ਜੂਨ ਆ ਇੱਕ ਕਬੱਡੀ ਦਾ ਟੂਰਨਾਮੈਂਟ ਰੱਖਿਆ ਸੀ ਤੇ ਉਹ ਇੱਕ ਗੱਠ ਜੋੜ ਜਿਹੜਾ ਬਣਿਆ ਹੋਇਆ ਸਾਡੇ ਖਿਲਾਫ ਜਿਹਦੇ ਵਿੱਚ ਉਹ ਵੀ ਬੰਦੇ ਸ਼ਾਮਿਲ ਸਨ ਜਿਹੜੇ ਜਿਹੜੇ ਨਸ਼ਿਆਂ ਦੇ ਵਿੱਚ ਗਲਤਾਨ ਨਸ਼ਾ ਥੋੜਾ ਇੰਟਰਨੈਟ ਦੀ ਕਾਰਡ ਕਰਕੇ ਮੈਨੂੰ ਲੱਗਦਾ ਵੀ ਵਿੱਚੋਂ ਟੁੱਟ ਰਿਹਾ ਪਰ ਮੈਂ ਫਿਲਹਾਲ ਜਿਹੜੀ ਦਿਲ ਕਰਾਂ ਕਿ ਪਰਸੋਂ ਜਿਹੜਾ ਇੱਕ ਰੰਗ ਦਿੱਤੀ ਗਈ ਕਿ ਸਾਡਾ ਮੇਰਾ ਸਾਥੀ ਨੌਜਵਾਨ ਹੈ ਜਿਸ ਦਾ ਨਾਮ ਹੈ ਸੁਖਪ੍ਰੀਤ ਸਿੰਘ ਸਾਡੀ ਨਸ਼ਾ ਗੋਦੀ ਮਹਿਮਦਾ ਉਹ ਬਾਗੂਆ ਉਸ ਦਾ ਝਗੜਾ ਹੋਇਆ ਪਿੰਡ ਦੀ ਗਰਾਉਂਡ ਦੇ ਵਿੱਚ ਉਸ ਦੇ ਨਾਲ ਝੜਪੇ ਨੇ ਤਿੰਨ ਤੋਂ ਚਾਰ ਜਣੇ ਉਹ ਇਕੱਲਾ ਸੀ ਉਸ ਟਾਈਮ ਮੈਂ ਆਪਣੇ ਘਰ ਦੇ ਵਿੱਚ ਸਾਂ ਤੇ ਇੱਕ ਹੋਰ ਸਾਡਾ ਨੌਜਵਾਨ ਮੁਖਮਿੰਦਰ ਸਿੰਘ ਜਿਹੜਾ ਨਾਲ ਦੇ ਪਿੰਡ ਦਾ ਮੈਂਬਰ ਪੰਚਾਇਤ ਵੀ ਆ ਉਹ ਵੀ ਆਪਣੇ ਘਰ ਵਿੱਚ ਸੀ ਸੋ ਇਹ ਜਦੋਂ ਸਭ ਕੁਝ ਹੋਇਆ ਝਗੜਾ ਹੋਇਆ ਝਗੜਾ ਕਾਫੀ ਹੱਦ ਤੱਕ ਵਧਿਆ ਤੇ ਮੈਂ ਲੋਕਲ ਪੁਲਿਸ ਇੰਚਾਰਜ ਨੂੰ ਫੋਨ ਕਰਦਾ ਮੈਂ ਕਿਹਾ ਇੰਚਾਰਜ ਸਾਹਿਬ ਗਰਾਊਂਡ ਦੇ ਵਿੱਚ ਕਾਫੀ ਮਸਲਾ ਵਧਿਆ ਹੋਇਆ ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਜਿਹੜੇ ਮੇਰੇ ਤੇ ਇਹਨਾਂ ਨੇ ਧਾਰਾ ਠੋਕਦੀ ਆ ਮਜੀਠਾ ਪੁਲਿਸ ਨੇ ਜਾਂ ਕੱਲੋ ਪੰਜਾਬ ਪੁਲਿਸ ਨੇ ਉਹ ਜੇ ਮੈਂ ਕਿਸੇ ਦੀ ਅਰਾਧਾ ਕਤਲ ਦੀ ਸਾਜ਼ਿਸ਼ ਦਾ ਕੇਸ ਮੇਰੇ ਤੇ ਪਾਇਆ 120 ਵੀ ਕਹਿ ਰਿਹਾ ਜਿਵੇਂ ਮੈਂ ਮੁਕਦਮਾ ਪੜਨਾ ਜੇ ਮੈਂ ਉਸ ਵਿੱਚ ਸ਼ਾਮਲ ਹੋਊਗਾ ਤੇ ਮੈਂ ਪੁਲਿਸ ਨੂੰ ਕਿਉਂ ਇਨਫੋਰਮ ਕਰੂੰਗਾ ਕਿ ਉੱਥੇ ਝਗੜਾ ਹੋ ਰਿਹਾ ਜਿਹੜਾ ਬੰਦਾ ਸਾਜ਼ਿਸ਼ ਸ਼ਾਮਲ ਹੋਊਗਾ ਉਹ ਹਿੰਮਤ ਨਹੀਂ ਇਹ ਕਰ ਸਕਦਾ ਨਾਲੇ ਮੇਰੇ ਵਰਗਾ ਜ਼ਿੰਮੇਵਾਰ ਬੰਦਾ ਕਿਸੇ ਨੂੰ ਕਿਸ ਦੀ ਜਾਨ ਲੈਣ ਦੀ ਅਜਿਹੀ ਕਰਾਉਣੀ ਹਰਕਤ ਨਹੀਂ ਕਰ ਸਕਦਾ ਉਸ ਕਿ ਮੈਂ ਸ਼ਾਮਲ ਨਹੀਂ ਹੋ ਸਕਦਾ ਸੋ ਇਹ ਜਿਹੜਾ ਇੱਕ ਤਰ੍ਹਾਂ ਦਾ ਇੱਕ ਕੇਸ ਆ ਨਾ ਇਹਦੇ ਵਿੱਚ ਚਲਦਿਆਂ ਹੋਇਆਂ ਸਾਡੇ ਕਾਫੀ ਲੋਕ ਵਿਰੋਧੀ ਬਣ ਗਏ ਜੇ ਅਸੀਂ ਦੱਸ ਰਹੇ ਹਾਂ ਕਿ ਦੋ ਦਰਜਨ ਤੋਂ ਵਧੇਰੇ ਜਿਵੇਂ ਮੈਂ ਦੱਸ ਰਿਹਾ ਕਿ ਦੋ ਦਰਜਨ ਤੋਂ ਵਧੇਰੇ ਕੇਸ ਅਸੀਂ ਜਿਹੜੇ ਆ ਵੱਖ-ਵੱਖ ਨਸ਼ਾ ਤਸਕਰਾਂ ਨੂੰ ਕਾਬੂ ਕਰਾਉਣ ਦੇ ਪਾਏ ਆ ਉਹਨਾਂ ਦੇ ਵਿੱਚ ਫਿਰ ਵਿਰੋਧ ਪੈਦਾ ਹੁੰਦਾ ਸਾਡਾ ਜਿਹੜਾ ਅਗਲੇ ਸਾਨੂੰ ਦੁਸ਼ਮਣ ਸਮਝਣ ਲੱਗ ਪਿੰਦੇ ਆ ਜਿਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਮੇਰੇ ਸਾਥੀ ਦੇ ਉੱਤੇ ਗੋਲੀ ਚੱਲਦੀ ਆ 1 31 ਦਸੰਬਰ 2018 ਨੂੰ ਚੱਲਦੀ ਆ ਫਿਰ ਇਸ ਤੋਂ ਬਾਅਦ ਡੈਥ ਥ੍ਰੈਟ ਦਾ ਜਿਹੜਾ ਬਾਬ ਇੱਕ ਫੋਨ ਆਉਂਦਾ ਮਈ ਦੇ ਪਹਿਲੇ ਹਫਤੇ ਉਹਦੇ ਬਾਬਤ ਅਸੀਂ ਕਾਫੀ ਉੱਤੇ ਤੱਕ ਦਰਖਾਸਤਾਂ ਚਿੱਠੀਆਂ ਲਿਖੀਆਂ ਪਰ ਬਣਿਆ ਕੁਝ ਨਹੀਂ ਅਜੇ ਤੱਕ ਨਾ ਦੋਸ਼ੀ ਫੜਿਆ ਗਿਆ ਕੁਝ ਵੀ ਨਹੀਂ ਇਸ ਤੋਂ ਇਲਾਵਾ ਸਾਡੇ ਖਿਲਾਫ ਕਈ ਫੇਸਬੁਕ ਆਈਡੀਆਂ ਤੋਂ ਪ੍ਰਚਾਰ ਕੀਤਾ ਜਾ ਰਿਹਾ ਜਿਦੇ ਵਿੱਚ ਬੜਾ ਬੁਰੀ ਤਰੀਕੇ ਦਾ ਪ੍ਰਚਾਰ ਕਿ ਪਰਸਨਲੀ ਤੌਰ ਤੇ ਅਟੈਕ ਕੀਤਾ ਜਾ ਰਿਹਾ ਇਹ ਸਭ ਕੁਝ ਲਗਾਤਾਰ ਚੱਲ ਰਿਹਾ ਸੀ ਉਹਦੇ ਵਿੱਚ ਜਿਹੜਾ ਟਕਰਾਵ ਹੋਇਆ ਮੈਂ ਕਿਸੇ ਵੀ ਟਕਰਾਵ ਦੇ ਹੱਕ 'ਚ ਨਹੀਂਗਾ ਪਰ ਜਦੋਂ ਇਹ ਜਿਹੇ ਝਗੜੇ ਵਾਪਰ ਜਾਂਦੇ ਆ ਤੇ ਮੈਨੂੰ ਜਿਹੜੀ ਇਨਵੋਲਵਮੈਂਟ ਕੀਤੀ ਆ ਤੇ ਮੁਖਵਿੰਦਰ ਸਿੰਘ ਦੀ ਕੀਤੀ ਆ ਉਹ ਝਗੜੇ 'ਚ ਸ਼ਾਮਲ ਹੀ ਨਹੀਂ ਸਨ ਉਹ ਉਸ ਥਾਂ ਤੇ ਹਾਜ਼ਰ ਹੀ ਨਹੀਂ ਸਨ 120 ਬਈ ਬਣਾ ਦੇਣੀ ਜਾਂ ਕੁਝ ਹੋਰ ਚਾਹੀਦਾ ਤਾਂ ਇਹ ਸੀ ਕਿ ਪੁਲਿਸ ਤਫਤੀਸ਼ ਕਰਦੀ ਜੇ ਵਾਕਈ ਅਸੀਂ ਸ਼ਾਮਲ ਹੁੰਦੇ ਤਾਂ ਕੋਈ ਮਸਲਾ ਨਹੀਂ ਸੀ ਕੇਸ ਪਾ ਦਿੰਦੇ ਪਰ ਇਹ ਬਿਲਕੁਲ ਸਰਾਸਰ ਇੱਕ ਪਾਸੜ ਕਾਰਵਾਈ ਆ ਨਜਾਇਜ਼ ਕਾਰਵਾਈ ਆ ਤੱਕੇ ਸ਼ਾਇਆ ਸਰਕਾਰੀ ਤੌਰ ਤੇ ਤੇ ਇਹ ਇਸ ਨਾਲ ਕਲੀਅਰ ਹੁੰਦਾ ਕਿ ਜੇ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਲੋਕ ਗਲਤ ਕਰ ਰਹੇ ਉਹਨਾਂ ਦੇ ਖਿਲਾਫ ਚੱਲੋਗੇ ਤਾਂ ਸਟੇਟ ਜਿਹੜੀ ਉਹ ਵੀ ਤੁਹਾਡੇ ਖਿਲਾਫ ਚੱਲੂਗੀ ਇਹ ਏਸੀ ਨਾ ਸਾਬਤ ਹੋਇਆ ਸੋ ਮੈਂ ਇਹੀ ਆ ਕਿ ਜਿਨ੍ਹਾਂ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਉਹ ਮੈਂ ਫੇਰ ਦੁਹਰਾ ਰਿਹਾ ਕਿ ਅਸੀਂ 1 ਜੁਲਾਈ ਤੋਂ ਜਦੋਂ ਕਾਲਾ ਹਫਤਾ ਸ਼ੁਰੂ ਹੋਇਆ 4 ਜੁਲਾਈ ਤੋਂ ਅਸੀਂ ਪਹਿਲੇ ਦਿਨ ਆਪਣੇ ਪਿੰਡ 'ਚ ਮਾਰਚ ਅਰੰਭਿਆ ਪਿੰਡ ਦੇ ਵਿੱਚੋਂ ਇਲਾਕੇ ਦੇ ਵਿੱਚੋਂ ਸਾਰੇ ਪਾਸਿਓਂ ਜਿੱਥੋਂ ਤੱਕ ਵੀ ਅਸੀਂ ਤੁਰ ਸਕੇ ਹਾਂ ਤੇ ਨਸ਼ਾ ਸਾਡੇ ਇਲਾਕੇ 'ਚ ਨਹੀਂ ਵਿਖਦਾ ਵੱਡੇ ਵੱਡੇ ਚੈਨਲਸ ਵੀ ਆਏ ਰਾਸ਼ਟਰੀ ਚੈਨਲ ਵੀ ਆਏ ਉਹਨਾਂ ਨੇ ਕਵਰੇਜ ਵੀ ਕੀਤੀ ਕਿ ਇਹ ਇਲਾਕਾ ਬਿਲਕੁਲ ਸਾਫ਼ ਮੰਨੇ ਜਾਂਦਾ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਤੁਹਾਡੇ ਨਾਲ ਸਾਂਝ ਕਰਨ ਦੇ ਵਿੱਚ ਕੋਈ ਨਾ ਤੇ ਸ਼ਰਮਾਊਂਗਾ ਤੇ ਨਾ ਹੀ ਕੋਈ ਕਹੀ ਹੁੰਦਾ ਕਿ ਕੋਈ ਝਾਕ ਜਾਂ ਘਿਰਣਾ ਇਹ ਗੱਲ ਇਹੋ ਜਿਹੀ ਨਹੀਂ ਕਿ ਅਸੀਂ ਨਸ਼ਾ ਖਿਲਾਫ ਕਿਉਂ ਚੱਲੇ ਆਂ ਮੈਨੂੰ ਇਹ ਗੱਲ ਤੁਹਾਡੇ ਨਾਲ ਸਾਂਝੇ ਕਰਨ 'ਚ ਕੋਈ ਸ਼ਰਮ ਨਹੀਂ ਗਈ ਕਿ ਮੇਰਾ ਪਿਓ ਮੇਰਾ ਪਿਤਾ ਖੁਦ ਨਸ਼ਿਆਂ ਦਾ ਆਦੀ ਆ ਮੇਰਾ ਡੈਡੀ ਖੁਦ ਨਸ਼ਾ ਕਰਦਾ ਮੇਰਾ ਸਾਥੀ ਜਿਹੜਾ ਵਾ ਸੁਖਪ੍ਰੀਤ ਸਿੰਘ ਜਿਹੜਾ ਮੇਰਾ ਸਾਥੀ ਆ ਨਸ਼ਾ ਵਿਰੋਧੀ ਮਹਿੰਮ ਦਾ ਵਾਈਸ ਪ੍ਰਧਾਨ ਨੇ ਉਸਦੇ ਪਿਤਾ ਦੀ ਮੌਤ ਨਸ਼ਾ ਕਰਨ ਹੋਈ ਆ ਅਸੀਂ ਪੀੜਤ ਲੋਕ ਆ ਨਸ਼ੇ ਤੋਂ ਅਸੀਂ ਤਾਂ ਫਿਰ ਇਸ ਦੇ ਖਿਲਾਫ ਚੱਲਾਂਗੇ ਹੁਣ ਸਾਡੇ ਖਿਲਾਫ ਜਿਹੜੀਆਂ ਪੋਸਟਾਂ ਪੈ ਰਹੀਆਂ ਉਹ ਕਹਿੰਦੇ ਜੀ ਪਹਿਲਾਂ ਪਿਓ ਦਾ ਹਟਾ ਲੇ ਸੋ ਮੈਂ ਉਹਨਾਂ ਸੱਜਣਾਂ ਨੂੰ ਕਹਿਣਾ ਚਾਹੁੰਦਾ ਕਿ ਪਪਲ ਪ੍ਰੀ ਸਿੰਘ ਦਾ ਜੀਰਾ ਵੱਡਾ ਵਾ ਤੁਸੀਂ ਅਜਿਹੀਆਂ ਹਰਕਤਾਂ ਨਾ ਕਰੋ ਮੈਂ ਤਾਂ ਚੱਲ ਰਿਆਂ ਕਿ ਤੁਹਾਡਾ ਜਾਂ ਮੇਰਾ ਪੁੱਤਰ ਵੀ ਨਾ ਲੱਗ ਸਕੇ ਪਿਉਆਂ ਨੂੰ ਨਹੀਂ ਹਟਾਇਆ ਜਾਂਦਾ ਜਿਹੜਾ ਉਹ ਨਸ਼ੇ 'ਚ ਕੋਈ ਖੁੱਬ ਜਾਂਦਾ ਵਾ ਉਹ ਕੌਣ ਛੱਡਦਾ ਨਸ਼ਾ ਅਸੀਂ ਕੋਸ਼ਿਸ਼ ਕੀਤੀ ਆ ਪਿੰਡ ਦਾ ਇੱਕ ਮੁੰਡਾ ਚਿਟਾ ਵੇਚਦਾ ਸੀ ਉਸ ਦਾ ਨਸ਼ਾ ਛਡਾਇਆ ਕੁਝ ਕ ਫਰਕ ਪਿਆ ਉਹ ਵੇਚਣੋਂ ਹਟ ਗਿਆ ਪਿੰਡ ਛੱਡ ਕੇ ਹੋਰ ਕਿਤੇ ਨੌਕਰੀ ਕਰਨ ਲੱਗ ਪਿਆ ਇਹ ਤਬਦੀਲੀਆਂ ਆਈਆਂ ਪਿਛਲੇ ਮਹੀਨੇ ਇੱਕ ਨਾਲ ਦਾ ਪਿੰਡ ਬੋੜਿਆਲ ਆ ਉੱਥੋਂ ਦਾ ਇੱਕ ਬੰਦਾ ਸੀ ਉਸ ਦਾ ਵੀ ਇਲਾਜ ਕਰਵਾਇਆ ਹੁਣ ਉਹਦੇ ਤੇ ਆ ਵੀ ਉਹਨੇ ਛੱਡਣਾ ਕਿ ਨਹੀਂ ਛੱਡਣਾ ਸੋ ਅਜਿਹੀਆਂ ਹਰਕਤਾਂ ਹੋ ਰਹੀਆਂ ਸੋ ਇੱਕ ਜਿਵੇਂ ਬਿਲਕੁਲ ਹਰਕੇ ਪੱਧਰ ਤੇ ਉੱਤਰ ਕੇ ਨਕਲੀ ਆਈਡੀਆਾਂ ਤੋਂ ਪ੍ਰਚਾਰ ਹੋ ਰਿਹਾ ਉਸ ਦੇ ਨਾਲ ਧੰਨਵਾਦ ਮਿੰਟੂ ਜੀ ਤੁਹਾਡੇ ਵਰਗੇ ਬੰਦਿਆਂ ਦੀ ਬੜੀ ਲੋੜ ਐ ਸਾਨੂੰ ਜਦੋਂ ਤੁਸੀਂ ਮੀਡੀਆ 'ਚ ਇੰਜ ਗੱਲ ਕਰਦੇ ਹੋ ਬੇਸ਼ੱਕ ਸਾਡੇ ਵਿਚਾਰ ਤੌਰ ਤੇ ਵੱਖਰੇਵੇਂ ਹੋ ਸਕਦੇ ਹੋ ਰਹਿ ਸਕਦੇ ਆ ਪਰ ਜਿਹੜਾ ਸਾਂਝਾ ਮਸਲਾ ਜਿੱਥੇ ਪੰਜਾਬ ਦੀ ਗੱਲ ਆ ਸਾਡੀ ਨੌਜਵਾਨੀ ਦੀ ਗੱਲ ਆ ਉੱਥੇ ਸਾਨੂੰ ਇਕੱਠਿਆ ਹੋਣਾ ਪੈਣਾ ਇਹ ਮੈਂ ਜਾਣਦਾ ਕਿ ਕੁਝ ਬੰਦੇ ਆ ਨਹੀਂ ਜਦੋਂ ਕਾਲਾ ਹਫਤਾ ਸ਼ੁਰੂ ਕੀਤਾ ਕਾਲਾ ਹਫਤਾ ਮਹਿੰਮ ਸ਼ੁਰੂ ਕੀਤੀ ਸ਼ਾਇਦ ਬਲਤੇਜ ਪੰਨੂ ਹਣਾ ਨੇ ਕੀਤੀ ਮੈਨੂੰ ਸ਼ੋਰ ਨਹੀਂਗਾ ਸੋ ਉਸ ਨੂੰ ਅਸੀਂ ਲਗਾਤਾਰ ਰੱਖਿਆ ਸਾਨੂੰ ਲੱਗਾ ਕਿ ਇਹ ਪੰਜਾਬ ਦੇ ਭਲੇ ਦੀ ਗੱਲ ਆ ਤੇ ਇਸ ਨੂੰ ਅੱਗੇ ਫਲਾਉਣਾ ਚਾਹੀਦਾ ਸੋ ਇਸ ਕਰਕੇ ਮੈਂ ਤਾਜ਼ਾ ਗੱਲ ਤੇ ਆਵਾ ਕਿ ਸਾਨੂੰ ਸਾਡੇ ਕੰਮ ਨੂੰ ਰੋਕਣਾ ਚਾਹ ਰਹੇ ਲੋਕ ਮੈਂ ਦੱਸ ਦਿਆਂ ਉਹਨਾਂ ਸਾਰੇ ਮਾਨਸਾ ਨੂੰ ਭਲੇ ਮਾਨਸਾ ਨੂੰ ਇਹ ਕੰਮ ਰੋਕਣਾ ਨਹੀਂ ਕਹਿੰਦੇ ਆ ਕਿ ਇਹ ਨਹੀਂ ਹੁੰਦਾ ਕਿ ਤੁਸੀਂ ਜ਼ਿੰਦਗੀ ਦੇ ਕਿੰਨੇ ਸਾਲ ਜਿਉਂਦੇ ਰਹੇ ਹੋ ਇਹ ਹੁੰਦਾ ਕਿ ਤੁਸੀਂ ਕਿੰਨੇ ਸਾਲ ਯੁਰਤਾਂ ਜਿਉਏ ਹੋ ਸੋ ਇਹ ਸਭ ਕੁਝ ਚੱਲ ਰਿਹਾ ਵਾ ਅਸੀਂ ਨਸ਼ੇ ਨਸ਼ਾ ਤਸਕਰਾਂ ਦਾ ਭੂਰਾ ਵੀ ਲਿਆਜ਼ ਨਹੀਂ ਲਵਾਂਗੇ ਸਾਡੇ ਖਿਲਾਫ ਇੱਕ ਹਾਈ ਕੋਰਟ ਚ ਪਟੀਸ਼ਨ ਪਾਈ ਫਿਰਦਾ ਨਸ਼ਾ ਤਸਕਰਿਆ ਚਾਰ ਮੁਕਦਮੇ ਉੱਤੇ ਪਹਿਲਾ ਵਾ ਉਹ ਕਹਿ ਰਿਹਾ ਕਿ ਪਪਲ ਪ੍ਰੀ ਸਿੰਘ ਤੇ ਹੋਰ ਬੰਦਿਆਂ ਦੇ ਕੋਲੋਂ ਮੈਂ ਪੈਸੇ ਲਏ ਸੀ ਮੈਂ ਇਹਨਾਂ ਦੇ ਪੈਸੇ ਨਹੀਂ ਸੀ ਦੇ ਰਿਆ ਮੇਰੇ ਤੇ ਮੁਕਦਮਾ ਫਵਾਤਾ ਹੁਣ ਤੁਸੀਂ ਦੱਸੋ ਪਪਲ ਪ੍ਰੀ ਸਿੰਘ ਕਿਸੇ ਨਸ਼ੇ ਤਸਕਰ ਦੇ ਕੋਲੋਂ ਪੈਸੇ ਲਊਗਾ ਜਾਂ ਦੇਊਗਾ ਇਹ ਕੀ ਕਹਿੋ ਜੀਆਂ ਗੱਲਾਂ ਹਨ ਇਸ ਤਰੀਕੇ ਨਾਲ ਗੱਲਾਂ ਚੱਲ ਰਹੀਆਂ ਫਿਰ ਹਲਕੇ ਪੱਧਰ ਦੇ ਲੋਕ ਜਿਹੜਾ ਆ ਕੁਸ਼ ਕਰ ਰਹੇ ਆ ਠੀਕ ਆ ਕਿਸੇ ਨਾਲ ਝਗੜਾ ਹੋਣਾ ਉਹ ਗਲਤ ਆ ਮੈਂ ਉਸ ਗੱਲ ਦੀ ਨਿੰਦਾ ਕਰਦਾ ਝਗੜਾ ਕਿਸੇ ਨਾਲ ਵੀ ਕਿਸੇ ਦਾ ਸਹੀ ਨਹੀਂ ਪਰ ਕਿਸੇ ਨੂੰ ਘਰੇ ਬੈਠੇ ਨੂੰ ਜਦੋਂ ਝਗੜਾ ਹੋ ਰਿਹਾ ਸੀ ਮੈਂ ਆਪਣੇ ਘਰ ਸਾਂ ਤੇ ਸਾਰੀ ਦਿਹਾੜੀ ਸੁਖਪ੍ਰੀਤ ਸਿੰਘ ਮੇਰੇ ਨਾਲ ਰਿਹਾ ਮੇਰਾ ਸਾਥੀ ਆ ਸੋ ਪਹਿਲਾਂ ਸੀਐਸਐਚਓ ਮਜੀਠਾ ਨੂੰ ਮਿਲਦੇ ਆ ਉਹਨਾਂ ਨਵੇਂ ਆਏ ਸਨ ਐਸਐਚਓ ਇੱਥੇ ਸਾਡੇ ਲੋਕਲ ਤੇ ਮੈਂ ਤੁਹਾਨੂੰ ਦੱਸਾਂ ਕਿ ਸਾਡੀ ਜਿਹੜੀ ਮੂਵਮੈਂਟ ਆ ਇਹ ਸਿਰਫ ਮੈਂ ਪਹਿਲੀ ਵਾਰੀ ਸਾਰੀਆਂ ਗੱਲਾਂ ਖੋਲ ਰਿਹਾ ਕਦੇ ਮੈਨੂੰ ਚੰਗਾ ਨਹੀਂ ਲੱਗਾ ਕਿ ਮੈਂ ਆਪਣਾ ਆਪ ਖਾਵਾਂ ਮੈਂ ਸ਼ੋਅ ਕਰਾਂ ਜੀ ਅਸੀਂ ਨਿਮਕਦਮੇ ਪਾਤੇ ਬਿਲਕੁਲ ਨਹੀਂ ਸਾਡਾ ਇਸ ਬਾਰ ਨਹੀਂਗਾ ਪਰ ਇਹ ਮੈਂ ਸ਼ੁਰੂ ਹੋਵਾਂ ਤਾਂ ਆਈਜੀ ਪਰਮਾਰ ਜਿਹੜੇ ਇਸ ਇਲਾਕੇ ਦੇ ਆਈਜੀ ਨੇ ਇਸ ਤੋਂ ਪਹਿਲਾਂ ਐਸਐਸਪੀ ਪਰਮਪਾਲ ਸਿੰਘ ਜਿਹੜੇ ਹੁਣ ਬਦਲ ਚੁੱਕੇ ਆ ਐਸਪੀਡੀ ਹਰਪਾਲ ਸਿੰਘ ਇੱਥੇ ਦੇ ਸਾਡੇ ਲੋਕਲ ਡੀਐਸਪੀ ਨਰਲੇਬ ਸਿੰਘ ਸ਼ਾਇਦ ਉਹਨਾਂ ਦਾ ਨਾਮ ਇਸ ਤਰ੍ਹਾਂ ਦਾ ਨਾਮ ਸੀ ਉਹਨਾਂ ਦਾ ਉਹ ਹੋਣ ਵਾਲੇ ਗੁਰਾਇਆ ਸਾਹਿਬ ਡੀਐਸਪੀ ਲੋਕਲ ਇੰਚਾਰਜ ਚਾਹੇ ਸੁਖਰਾਜ ਸਿੰਘ ਹੋਣ ਐਸਐਚਓ ਚਾਹੇ ਕੁਲਵਿੰਦਰ ਸਿੰਘ ਹੋਣ ਜਾਂ ਹੋਣ ਵਾਲੇ ਹਰਕੀਰਤ ਸਿੰਘ ਹੋਣ ਜਾਂ ਥੱਲੇ ਚੌਂਕੀ ਦੀ ਗੱਲ ਹੋਵੇ ਚੌਂਕੀ ਦੇ ਵਿੱਚ ਅੱਜ ਜਿਵੇਂ ਸਾਡੇ ਇੰਚਾਰਜ ਨੇ ਕੁਲਵੰਤ ਸਿੰਘ ਨੇ ਇਸ ਤੋਂ ਪਹਿਲਾਂ ਹੋਰ ਅਧਿਕਾਰੀ ਰਹਿ ਕੇ ਗਏ ਇਹਨਾਂ ਸਾਰਿਆਂ ਨੂੰ ਪਤਾ ਇਹਨਾਂ ਸਾਰਿਆਂ ਨੂੰ ਪਤਾ ਕਿ ਪਪਲ ਪ੍ਰੀਤ ਸਿੰਘ ਤੇ ਉਸਦੇ ਸਾਥੀਆਂ ਦੀ ਨਿਸ਼ਾ ਅ ਵਿਰੋਧੀ ਮੁਹਿੰਮ ਕੀ ਕਰ ਰਹੀ ਹੈ ਅਸੀਂ ਕੋਈ ਮਾੜਾ ਕੰਮ ਨਹੀਂ ਕਰ ਰਹੇ ਨਾ ਹੀ ਕਰਾਂਗੇ ਅਸੀਂ 1 ਰੁਪਏ ਦਾ ਪੈਸੇ ਦਾ ਕੰਮ ਨਹੀਂ ਲੈਂਦੇ ਪੁਲਿਸ ਨਾਲ ਸਾਡੀ ਚੰਗੀ ਬਹਿਣੀ ਉੱਠਣੀ ਆ ਸਾਡੀ ਗੱਲ ਸੁਣੀ ਜਾਂਦੀ ਆ ਇਹ ਗੱਲ ਠੀਕ ਆ ਅੱਜ ਜਿਹੜਾ ਹੁਣ ਕੀਤਾ ਇਹ ਤੇ ਧੱਕਾਸ਼ਾਈ ਹੈ ਹੀ ਆ ਇਸ ਤੋਂ ਪਹਿਲਾਂ ਪੁਲਿਸ ਨੇ ਸਾਡਾ ਸਾਥ ਦਿੱਤਾ ਅਸੀਂ ਪੁਲਿਸ ਦਾ ਸਾਥ ਦਿੱਤਾ ਕੰਮ ਵਧੀਆ ਚੱਲ ਰਿਹਾ ਸੀ ਹੁਣ ਇਹ ਪੁਲਿਸ ਨੂੰ ਇਸ ਦੇ ਉੱਤੇ ਆਤਮ ਚਿੰਤਨ ਦੀ ਲੋੜ ਆ ਇਹਨਾਂ ਅਧਿਕਾਰੀਆਂ ਨੂੰ ਵੀ ਕਿ ਮੈਂ ਇਹ ਕਿਉਂ ਤੁਹਾਡੇ ਤੱਕ ਇਹ ਗੱਲਾਂ ਰੱਖ ਰਿਆਂ ਇੰਜ ਨਹੀਂ ਸੀ ਹੋਣਾ ਚਾਹੀਦਾ ਕਿ ਕੋਈ ਬੰਦਾ ਤੇ ਉਸ ਦੇ ਸਾਥੀ ਠੀਕ ਹੈ ਜੇ ਕਿਸਦਾ ਝਗੜਾ ਹੋਇਆ ਉਸ ਨੂੰ ਤੁਸੀਂ ਦਰਜ ਕਰੋ ਸਾਨੂੰ ਕੋਈ ਚੱਕਰ ਨਹੀਂਗਾ ਉਹ ਮੇਰਾ ਸਾਥੀ ਵੀ ਹੋ ਸਕਦਾ ਕਿਸੇ ਦਾ ਵੀ ਸਾਥੀ ਹੋ ਸਕਦਾ ਪਰ ਘਰ ਬੈਠੇ ਮੈਂ ਆਪਣੇ ਘਰ ਬੈਠਾ ਸਾਂ ਮੁਖਵਿੰਦਰ ਸਿੰਘ ਉਰਫ ਮੁੱਖਾ ਨਾਲ ਦੇ ਪਿੰਡ ਦਾ ਮੈਂਬਰ ਪੰਚਾਇਤ ਆ ਉਹ ਸੁਖਪ੍ਰੀਤ ਸਿੰਘ ਨੂੰ ਉਥੋਂ ਲੈਣ ਵਾਸਤੇ ਆਉਂਦਾ ਲੜਾਈ ਚੋਂ ਕੱਢਣ ਵਾਸਤੇ ਉਹਨੂੰ ਵਿੱਚ ਇਨਵੋਲਵਮੈਂਟ ਪਾਈ ਹੋਈ ਆ ਮੇਰੇ ਤੇ ਪਾਈ ਹੋਈ ਆ ਜਿਵੇਂ ਮੈਨੂੰ ਪਤਾ ਲੱਗਾ ਕਿ 120B ਪਾਈ ਹੈ ਇਹਨਾਂ ਨੇ ਕਿ ਕਿਸੇ ਦੀ ਜਾਨ ਲੈਣ ਦੀ ਸਾਜ਼ਿਸ਼ ਦੇ ਵਿੱਚ ਸ਼ਾਮਲ ਹੱਦ ਹੋ ਗਈ ਇਦਾਂ ਦੀਆਂ ਹਰਕਤਾਂ ਨਹੀਂ ਸਾਨੂੰ ਆਉਂਦੀਆਂ ਅਸੀਂ ਸੱਚੇ ਲੋਕ ਆ ਮੇਰੇ ਵਿਚਾਰਤਾਰਾ ਖਾਲਸਤਾਨੀਆਂ ਉਹਦੇ ਵਿੱਚ ਇਹ ਗੱਲ ਸਿਖਾਈ ਜਾਂਦੀ ਆ ਕਿਸੇ ਨਾਲ ਧੱਕਾ ਨਹੀਂ ਕਰਨਾ ਕਿਸੇ ਨਾਲ ਨਜਾਇਜ਼ ਕਿਸੇ ਨਾਲ ਠੱਗੀ ਕਿਸੇ ਨਾਲ ਛਲ ਛਲ ਨਹੀਂ ਕਰਨਾ ਫਰੇਵ ਨਹੀਂ ਕਰਨਾ ਇਹ ਕੁਛ ਸਾਨੂੰ ਸ਼ਹੀਦਾਂ ਦੀ ਸਪਿਰਿਟ ਨੇ ਦਿੱਤਾ ਸਾਡਾ ਇਹ ਸੱਚ ਬੋਲ ਰਿਹਾ ਜੇ ਮੈਂ ਝੂਠਾ ਹੋਵਾਂ ਮੈਨੂੰ ਉਹ ਲੋਕ ਵੀ ਸੁਣ ਰਹੇ ਹੋਣਗੇ ਜਿਨ੍ਹਾਂ ਨੇ ਮੁਕੱਦਮਾ ਪਾਇਆ ਪੋਆ ਜੋ ਵੀ ਜਾਂ ਜਿਨ੍ਹਾਂ ਨੇ ਜੋਰ ਲਾਇਆ ਤੁਸੀਂ ਮੰਨ ਸਕਦੇ ਹੋ ਕਿ ਝੂਠਾ ਬੰਦਾ ਇਦਾਂ ਬੋਲ ਸਕਦਾ ਸੋ ਇਸ ਕਰਕੇ ਇਹ ਜਿਹੜੀ ਇਨਕੁਆਰੀ ਅਸੀਂ ਮੈਂ ਹੋ ਸਕਦਾ ਸਾਡਾ ਪਰਿਵਾਰ ਪੁਲਿਸ ਅਫਸਰਾਂ ਨੂੰ ਮਿਲੇ ਇਨਕੁਆਰੀ ਦੇ ਲਈ ਅਸੀਂ ਗੱਲ ਗਾੜੀ ਤੋਰਾਂਗੇ ਕਿ ਇਨਕੁਆਰੀ ਹੋਵੇ ਤੇ ਜਿਹੜਾ ਇਸ ਤਰ੍ਹਾਂ ਨਜਾਇਜ਼ ਮੀਰਾ ਤੇ ਮੁਖਮਿੰਦਰ ਸਿੰਘ ਦਾ ਨਾਮ ਜਿਹੜਾ ਪਾਇਆ ਉਹ ਨਾਮ ਵਿੱਚੋਂ ਕੱਢਿਆ ਜਾਵੇ ਬਾਕੀ ਇਹ ਕੋਈ ਜਿਹੜੇ ਕੇਸ ਕੋਸੇ ਮੇਰਾ ਪਹਿਲੀ ਰਿਵਾ ਨਹੀਂ ਪਿਆ 2009 ਚ ਪਹਿਲਾ ਕੇਸ ਪਿਆ 5.5 ਸਾਲ ਬਾਅਦ ਉੱਚੋਂ ਬਰੀ ਹੋਇਆ ਮੈਂ 2015 ਵਾਲਾ ਸਰਬੱਤ ਖਾਲਸਾ ਦੇਸ਼ ਤਰੋ ਦਾ ਕੇਸ ਉਹ ਅਦਵਿਚਾਲੇ ਜੇ ਤੁਰਿਆ ਫਿਰਦਾ ਨਾ ਮਰੇਸਾ ਪਵਾਂਗ ਤੇ ਇਸੇ ਤਰ੍ਹਾਂ 2016 ਚ ਵੀ ਪਿਆ ਵੀ 2019 ਚ ਵੀ ਆ ਗਿਆ ਪਰਚਿਆਂ ਪੁਰਚਿਆਂ ਦੀ ਕੋਈ ਪ੍ਰਵਾਹ ਨਹੀਂ ਗਈ ਕੇਸਾਂ ਦੀ ਪ੍ਰਵਾਹ ਨਹੀਂ ਗਈ ਪਰ ਸਿੱਧ ਤਾਂ ਹੋਵੇ ਕੇਸ ਕੋਈ ਵਾਕੇ ਬੰਦੇ ਨੇ ਕੁਝ ਕੀਤਾ ਹੋਵੇ ਤੇ ਫਿਰ ਤੇ ਚੱਲ ਜਾਂਦਾ ਵਾ ਕੰਮ ਐਵੇਂ ਬੇਵਜਾ ਕੇਸ ਪਵਾਏ ਜਾਣਾ 7-7 8-8 ਸਾਲ ਕੇਸ ਚੱਲਦੇ ਆ ਉਜੜਾਈ ਦਾ ਕੇਸਾਂ ਦੇ ਵਿੱਚ ਸਾਰੇ ਆਪਾਂ ਜਾਣਦੇ ਆ ਲੜਾਈ ਝਗੜਿਆਂ ਦੇ ਵਿੱਚ ਕੋਈ ਚੰਗੀ ਗੱਲ ਨਹੀਂ ਹੁੰਦੀ ਕੋਈ ਕੇਸ ਆ 307 ਵਰਗਾ ਤੇ ਉਹਦੇ ਤੇ 2 ਤੋਂ 3 ਲੱਖ ਰੁਪਏ ਇੱਕ ਪਾਸੇ ਰੱਖ ਲੈਣਾ ਚਾਹੀਦਾ ਵਾਸੇ ਰੱਖ ਕੇ ਤੇ ਫਿਰ ਇਹ ਸਭ ਕੁਝ ਕਿਵੇਂ 100 ਤੋਂ 150 ਦਿਨ ਜਿਹੜੇ ਤਕਰੀਬਨ ਕਚਹਿਰੀਆਂ ਦੇ ਵਿੱਚ ਖੱਜਲ-ਖਵਾਰੀਆਂ ਵੱਖਰੀਆਂ ਟੱਬਰ ਦੇ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਸੋ ਇਹ ਜੋ ਕੁਝ ਵਾਪਰਿਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਭਾਰਤੀ ਸਿਸਟਮ ਆ ਉਹਦੇ ਵਿੱਚ ਕੋਈ ਕਦਰ ਨਹੀਂ ਮੈਂ ਕੋਈ ਪਹਿਲਾਂ ਕੋਈ ਇਹ ਕਹਦਾ ਵੀ ਮੈਂ ਕੋ ਬਹੁਤਾ ਤਰੰਗਾ ਵੀ ਨਹੀਂ ਚੁੱਕ ਲਿਆ ਵੀ ਮੈਂ ਕਹਾਂ ਮੈਂ ਰਾਸ਼ਟਰਵਾਦੀ ਹੋ ਗਿਆ ਮੈਨੂੰ ਪਤਾ ਹੀ ਸੀ ਪਹਿਲਾਂ ਸਭ ਕੁਝ ਇਹ ਕੁਝ ਹੋਣਾ ਇਸ ਦੇ ਵਿੱਚ ਇਹ ਨਹੀਂ ਹੁੰਦਾ ਕਿ ਤੁਹਾਡੇ ਨਾਲ ਕਿਹੜੀ ਧਿਰ ਖਲੋਤੀ ਆ ਕਿਹੜੀ ਨਹੀਂ ਜਦੋਂ ਅਸੀਂ ਕੰਮ ਕਰਨਾ ਤੇ ਪੁਲਿਸ ਦੇ ਵਿੱਚ ਸਮਗਲਰ ਜਿਹੜੇ ਹੁੰਦੇ ਉਹਨਾਂ ਦੇ ਸੰਪਰਕ ਬਣੇ ਹੁੰਦੇ ਆ ਮੈਂ ਹਗਲ ਮੰਨਦਾ ਕੱਲਾ ਇਹ ਨਹੀਂ ਹੈਗਾ ਕਿ ਜਿਨ੍ਹਾਂ ਨਾਲ ਝਗੜਾ ਕਿਸੇ ਦਾ ਹੋ ਗਿਆ ਸਾਡੇ ਬੰਦੇ ਦਾ ਤੇ ਉਹਨਾਂ ਪਵਾਤਾ ਮੈਂ ਇੱਥੇ ਨਾਮ ਨਹੀਂ ਲੈ ਰਿਹਾ ਉਹਨਾਂ ਦਾ ਅਸੀਂ ਨਿੱਕੀਆਂ ਲੜਾਈਆਂ ਲੜਨ ਵਾਲੇ ਲੋਕ ਨਹੀਂ ਆ ਮੈਂ ਕਿਸੇ ਵਿਰੋਧੀ ਜਿਹੜਾ ਕੋਈ ਸਾਡਾ ਜਾਣ ਬੁੱਝ ਕੇ ਬਣ ਗਿਆ ਮੇਰਾ ਵਿਰੋਧੀ ਕੋਈ ਨਹੀਂ ਮੈਂ ਆਪਣੇ ਤੌਰ ਤੇ ਕਿਸੇ ਨੂੰ ਵਿਰੋਧੀ ਨਹੀਂ ਸਮਝਦਾ ਇਹਦਾ ਮਤਲਬ ਮੈਂ ਡਰ ਨਹੀਂ ਰਿਹਾ ਮੈਂ ਕਿਸੇ ਨਾਲ ਕੋਈ ਵੈਰ ਨਹੀਂ ਰੱਖਦਾ ਮੈਂ ਵੈਰਾਂ ਤੋਂ ਉਨਰਲੇਪ ਇੱਕ ਦੋ ਝਗੜੇ ਹੋਰ ਵੀ ਸੀ ਅਸੀਂ ਉਹਨਾਂ ਨੂੰ ਵੀ ਨਿਬੇੜ ਰਹੇ ਆ ਸੋ ਇਹ ਜਿਹੜਾ ਕੁਝ ਚੱਲ ਰਿਹਾ ਇਹ ਸਿਸਟਮ ਦੇ ਵਿੱਚ ਕੋਈ ਤੁਹਾਡਾ ਸੱਜਣ ਨਹੀਂ ਹੁੰਦਾ ਸਿਆਸਤ ਦੇ ਵਿੱਚ ਕਹਿ ਲਓ ਕਿ ਪਲਟਬਾਜ਼ੀਆਂ ਹੁੰਦੀਆਂ ਨੇ ਕੋਈ ਕਾਲੀ ਨਹੀਂ ਕੋਈ ਕਾਂਗਰਸੀ ਨਸ਼ਿਆਂ ਦੇ ਖਿਲਾਫ ਦੇ ਵਿੱਚ ਕੋਈ ਵੀ ਤੁਹਾਡਾ ਸਾਥ ਦੇ ਸਕਦਾ ਪਰ ਇਹਦੇ ਵਿੱਚ ਐ ਹੁੰਦਾ ਕਿ ਜਦੋਂ ਮੇਰੇ ਵਰਗੇ ਬੰਦੇ ਨੇ ਕੰਮ ਕਰਨਾ ਉਹ ਸਾਰੀਆਂ ਸ਼ਕਤੀਆਂ ਇਕੱਠੀਆਂ ਹੋ ਕੇ ਉਹ ਫਿਰ ਬੰਦੇ ਨੂੰ ਨੱਪਦੀਆਂ ਹੋ ਸਕਦਾ ਕਿ ਪ੍ਰਸ਼ਾਸਨ ਦੇ ਵਿੱਚ ਪਹਿਲਾਂ ਤੋਂ ਹੋਵੇ ਇਨਫੋਰਮੇਸ਼ਨ ਕਿ ਪਪਲ ਪ੍ਰੀਸੰਗ ਆਵੇ ਤੇ ਟੰਗਣਾ ਜ਼ਰੂਰ ਦੇ ਸੋ ਇਥੋਂ ਤੱਕ ਇਹ ਲੋਕਲ ਪੁਲਿਸ ਜਿਹੜੀ ਆ ਉਹ ਖੁਦ ਮਹਿਸੂਸ ਕਰ ਰਹੀ ਆ ਜਿਹੜੇ ਲੋਕਲ ਸਾਡੇ ਆਫੀਸਰ ਨੇ ਨਾ ਉਹ ਇੱਥੇ ਜ਼ਮੀਰ ਤੇ ਹੱਥ ਰੱਖ ਕੇ ਜਦੋਂ ਵੇਖਣਗੇ ਨਾ ਇਹ ਵੀਡੀਓ ਨੂੰ ਜਾਂ ਸੁਣਨਗੇ ਜਾਂ ਉਹਨਾਂ ਨੂੰ ਪਤਾ ਉਹ ਜਾਣਦੇ ਹੋਣਗੇ ਕਿ ਪਪਲਪ੍ਰੀਤ ਸਿੰਘ ਤੇ ਮੁਖਵਿੰਦਰ ਸਿੰਘ ਇਸ ਲੜਾਈ ਸ਼ਾਮਲ ਨਹੀਂ ਸਨ ਉਹਨਾਂ ਦੇ ਨਜਾਇਜ਼ ਕੇਸ ਪਾਇਆ ਗਿਆ ਸੋ ਚਲੋ ਬਾਕੀ ਜਿਵੇਂ ਵੀ ਹੋਊਗਾ ਫੁਕਤਣੋਂ ਤਿਆਰ ਆ ਸਟਰਗਲ ਕਰਾਂਗੇ ਲਗਾਤਾਰ ਨਸ਼ਾ ਵਿਰੋਧੀ ਮੈਮ ਨੂੰ ਜਾਰੀ ਰੱਖਾਂਗੇ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ